ਇਹ ਕਹਿੰਦਾ ਘਰ ਇਹਦੇ ਸਿਰ ਤੇ ਹੀ ਘਰ ਚੜ ਗਿਆ ਤੇ ਇਹ ਜਸਪਾਲ ਸਿੰਘ ਉਹਨਾਂ ਕਿੰਨੀ ਦੇਰ ਤੋਂ ਜਾ ਰਹੇ ਸੀ ਡਿਊਟੀ ਇਸ ਜਗ੍ਹਾ ਦੇ ਉੱਤੇ ਜਿੱਥੇ ਗੁਰਦੁਆਰਾ ਅਕਾਲ ਭੁੰਗਾ ਸਾਹਿਬ ਆ ਉੱਥੇ ਕਿੰਨੀ ਦੇਰ ਤੋਂ ਜਾ ਰਹੇ ਸੀ ਸਰ ਉੱਥੇ ਡਿਊਟੀ ਦੀ ਡੇਲੀ ਲੱਗਦੀ ਜੀ ਹਰੇਕ ਮੇਲੇ ਦੇ ਉੱਥੇ ਲੜਾਈ ਹੋਣੀ ਹੈ ਜੀ ਪਹਿਲੀ ਵਾਰੀ ਇੱਕ ਮੁਲਾਜ਼ਮ ਦਾ ਉਹਨਾਂ ਨੇ ਗਨੇ ਹੱਥ ਵਰਤਾ ਫਿਰ ਕਿ ਉਹਨਾਂ ਨੇ ਪੂਰੇ ਬਹੁਤ ਮਾੜੀ ਗੱਲ ਕੀਤੀ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਇਨਸਾਫ ਮਿਲੇ ਜੀ ਹਾਂਜੀ ਗਾਂ ਦਾ ਘਰ ਦਾ ਖਿਆਲ ਰੱਖਣਾ ਉਹਨਾਂ ਬੱਚਿਆਂ ਦਾ ਅਤੇ ਜਿੱਦਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਮੁੱਖ ਮੰਤਰੀ ਸਾਹਿਬ ਨੇ ਹੁਣ ਅਨਾਊਂਸਮੈਂਟ ਕਰ ਦਿੱਤੀ ਹੈ ਕਿ 1 ਕਰੋੜ ਰੁਪਈਆ ਜਿਹੜੀ ਸਹਾਇਤਾ ਰਾਸ਼ੀ ਹੈ ਉਹ ਇਸ ਪਰਿਵਾਰ ਨੂੰ ਦਿੱਤੀ ਜਾਏਗੀ ਇਸ ਤੋਂ ਇਲਾਵਾ ਵੀ ਕੋਈ ਮੰਗ ਹੈ ਮੰਗ ਹੈ ਜੀ ਪਰਿਵਾਰ ਦੇ ਜੋ ਬੱਚੇ ਹੈਗੇ ਇਹਨਾਂ ਦੇ ਕੋਈ ਨੌਕਰੀ ਦਾ ਨੌਕਰੀ ਜਿਹੜੀ ਮਿਲਣੀ ਚਾਹੀਦੀ ਹੈ ਪੈਸਾ ਤਾਂ ਚਲੋ ਪੈਸੇ ਦੇ ਨਾਲ ਬੰਦਾ ਤਾਂ ਵਾਪਸ ਨਹੀਂ ਹੋ ਸਕਦਾ ਪਰ ਬੱਚਿਆਂ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਹੈ ਔਰ ਇਹ ਬੇਸ਼ੱਕ ਇਹ ਜਿਹੜੀ ਬੇਵਕਤੀ ਮੌਤ ਹੈ ਜਿਸ ਤਰ੍ਹਾਂ ਤੁਸੀਂ ਨੌਕਰੀ ਦੀ ਗੱਲ ਕੀਤੀ ਹੈ ਅਤੇ ਜਸਪਾਲ ਸਿੰਘ ਉਹਨਾਂ ਜਦੋਂ ਭਰਤੀ ਹੋਏ ਸੀਗੇ ਕੀ ਇਹਨਾਂ ਦੇ ਪਰਿਵਾਰ 'ਚੋਂ ਪਹਿਲਾਂ ਵੀ ਕੋਈ ਸੀਗਾ ਫੋਰਸ ਵਿੱਚ ਨਹੀਂ ਇਕੱਲੇ ਨਹੀਂ ਉਦੋਂ ਨਹੀਂ ਇਕੱਲੇ ਸੀ ਇਕੱਲੇ ਸੀ ਇਕੱਲੇ ਸੀ ਇਕੱਲੇ ਸੀ ਅਤੇ ਇਹਨਾਂ ਦੇ ਘਰ ਦੇ ਵਿੱਚ ਜਿਸ ਦੱਸਿਆ ਬ੍ਰਦਰ ਹੈ ਔਰ ਬੇਟੇ ਹੈ ਹਾਂਜੀ ਤਾਂ ਉਹ ਬੇਟੇ ਪੜ੍ਹ ਰਹੇ ਨੇ ਕਿ ਉਹ ਮੁੰਡਾ ਪਲੱਸ ਟੂ ਕਰਕੇ ਹਟਿਆ ਹਜੇ ਪੜ੍ਹਾਈ ਕਰਕੇ ਹਟਿਆ ਫ੍ਰੀ ਹੈ ਬਿਲਕੁਲ ਘਟਨਾ ਤਾਂ ਦੁਖਦਾਈ ਹੈ ਪਰ ਫਿਰ ਵੀ ਕੀ ਪਰਿਵਾਰ ਇਸ ਗੱਲ 'ਤੇ ਗਰਵ ਮਹਿਸੂਸ ਕਰਦਾ ਹੈ ਕਿ ਡਿਊਟੀ 'ਚ ਉਹਨਾਂ ਨੇ ਆਪਣਾ ਕੰਮ ਪੂਰਾ ਕੀਤਾ ਦੇਖੋ ਜੀ ਪਰਿਵਾਰ ਨੂੰ ਇਸ ਪਾਸੇ ਪਿਓ ਦਾ ਦੁੱਖ ਤਾਂ ਹੈਗਾ ਹੀ ਹੈਗਾ ਬੱਚਿਆਂ ਨੂੰ ਪਰ ਉਹਨਾਂ ਨੂੰ ਇਸ ਚੀਜ਼ ਦੇ ਨਾਲ ਫਕਰ ਵੀ ਹੈ ਸਾਡੇ ਪੁੱਤ ਨੇ ਸ਼ਹੀਦੀ ਪਾਈ ਹੈ ਠੀਕ ਆਦਤ ਹਾਂਜੀ ਸਾਡਾ ਜਿਹੜਾ ਜਵਾਨ ਜਸਪਾਲ ਸਿੰਘ ਅੱਜ ਸਵੇਰੇ ਜਿਹੜਾ ਕਿ ਸੁਲਤਾਨਪੁਰ ਲੋਧੀ ਵਿਖੇ ਤੈਨਾਤ ਸੀ ਅਤੇ ਡਿਊਟੀ ਆਪਣੀ ਆਪਣੇ ਫਰਜ਼ 'ਤੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਂਦਾ ਹੋਇਆ ਪੁਲਿਸ ਪਾਰਟੀ ਦੇ ਨਾਲ ਕਾਰਵਾਈ ਲਈ ਗਿਆ ਸੀ ਅਤੇ ਜੋ ਝੜਪ ਉੱਥੇ ਹੋਈ ਹੈ ਫਾਇਰਿੰਗ ਦੌਰਾਨ ਉਸਦੀ ਅੱਜ ਡੈਥ ਹੋ ਗਈ ਹੈ ਜਿਸ ਦਾ ਸਾਨੂੰ ਬਹੁਤ ਅਫਸੋਸ ਹੈ ਅਤੇ ਵਿਭਾਗ ਪਰਿਵਾਰਕ ਮੈਂਬਰਾਂ ਨਾਲ ਆਪਣਾ ਇਹਨਾਂ ਦੇ ਨਾਲ ਦੁੱਖ ਸਾਂਝਾ ਕਰਦਾ ਪਿਆ ਹੈ ਅਤੇ ਜੋ ਵੀ ਵਿਭਾਗ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਏਗੀ ਉਸਦੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜੋ ਰੂਟੀਨ 'ਚ ਦਿੱਤੀ ਜਾਂਦੀ ਉਸ ਤੋਂ ਵੀ ਵੱਧ ਇਹਨਾਂ ਨੂੰ ਵਿੱਤੀ ਸਹਾਇਤਾ ਮਿਲੇ ਅਤੇ ਬੱਚਿਆਂ ਨੂੰ ਵਿਭਾਗ ਵਿੱਚ ਐਡਜਸਟਮੈਂਟ ਵੀ ਹੋਵੇ ਅਸੀਂ ਸਾਰਾ ਪੁਰਜ਼ੋਰ ਸਿਫਾਰਸ਼ ਨਾਲ ਇਹਨਾਂ ਦਾ ਕੇਸ ਭੇਜਾਂਗੇ ਅਤੇ ਸਾਨੂੰ ਫਖਰ ਹੈ ਕਿ ਸਾਡੇ ਜਵਾਨ ਨੇ ਆਪਣੀ ਪੂਰੀ ਡਿਊਟੀ ਨਿਭਾਈ ਹੈ ਅਤੇ ਡਿਊਟੀ ਨਿਭਾਉਂਦਾ ਹੋਇਆ ਉਹਨੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਹੈ ਹਾਂ ਅਨਾਊਂਸਮੈਂਟ ਜਿਹੜੀ ਗੌਰਮੈਂਟ ਵੱਲੋਂ ਹੋਈ ਹੈ ਉਹ ਅਸੀਂ ਵਿਭਾਗ ਕੋਲ ਜੋ ਵੀ ਸਾਨੂੰ ਇੰਸਟਰਕਸ਼ਨ ਆਉਣਗੀਆਂ ਉਹਦੇ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਬੀਮੇ ਦੀ ਰਕਮ ਜੋ HDFC ਬੈਂਕ ਵੱਲੋਂ ਮਿਲਣੀ ਹੈ ਜਾਂ ਸਰਕਾਰ ਵੱਲੋਂ ਇਸ ਤੋਂ ਇਲਾਵਾ ਕੋਈ ਸਹਾਇਤਾ ਦਿੱਤੀ ਜਾਂਦੀ ਹੈ ਉਹ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਪਹੁੰਚਾਵਾਂਗੇ।